फिरोजपुर एंटी नार्कोटिक्स सेल और बीएसएफ जॉइंट ऑपरेशन ने पाकिस्तान की ओर से आए 25 करोड़ रुपए से ऊपर की 5 किलो 375 ग्राम हेरोइन बीएसएफ की चेक पोस्ट लखा सिंह वाला फेंसिंग पार खेत में छुपाई हुई बरामद की गई है। इंस्पेक्टर पुष्पिंदर सिंह का कहना है कि उनके खास मुखबिर की सूचना पर गेहूं के खेत में हेरोइन से भरी एक प्लास्टिक की बोतल और 3 पैकेट मिले। पुलिस के मुताबिक पाकिस्तान से आई यह कंसाइनमेंट भारत में लाने की फिराक में थे। पुलिस के मुताबिक अभी इन्वेस्टिगेशन जारी है, जांच के बाद ही तस्करों का पता चल पाएगा। यह अज लखा सिंह बीओपी 206/6 बुरजी के थल्यों बॉर्डर के 15 मीटर के नेड़े तो पाकिस्तान के बॉर्डर के 15 मीटर नेड़े तो की थी। ये कितना ही सारा जी रिकवर किया? 5 किलो 375 ग्राम। कोई बंदा ही फरीचे जी? नहीं, अजे इन्वेस्टिगेशन चल रही है जी। अच्छा जी, जल्दी गिरफ्तारी होने संभावना। किस तरीके ने तुहानूं सर इनफॉर्मेशन मिली सी? ਇਹ ਇਨਫੋਰਮੇਸ਼ਨ ਸਾਡੇ ਖਾਸ ਮੁਖਬਰ ਨੇ ਸਾਨੂੰ ਤਲਾਹ ਦਿੱਤੀ ਕਿ ਪਾਕਿਸਤਾਨ ਦੇ ਜ਼ਰੀਏ ਸਾਡੇ ਹਿੰਦੁਸਤਾਨ ਨੂੰ ਨਸ਼ਾ ਤਸਕਰ ਜਿਹੜੇ ਆ ਨੁਕਸਾਨ ਪਹੁੰਚਾਉਣ ਦੀ ਤਾਕ 'ਚ ਨੇ, ਉਹ 5 ਕਿਲੋ 7 ਵੀ ਦੇ ਗਰੀਬ ਹੀਰੋ ਨੂੰ ਉਹਨਾਂ ਨੇ ਭੇਜੀ ਹੈ। ਉਸ ਬਫਰੀ ਨੂੰ ਡਿਵੈਲਪ ਕਰਕੇ ਅਸੀਂ ਅੱਗੇ ਇਹ ਸਰ ਇਹ ਦੱਬੀ ਹੋਈ ਜਿਵੇਂ ਆਮ ਹੀ ਮਿਲਦੀ ਹੈ, ਇਹ ਕਿਸ ਤਰੀਕੇ ਨਾਲ ਕੰਸਾਈਨਮੈਂਟ ਪਈ ਸੀ? ਇਹ ਕੰਸਾਈਨਮੈਂਟ ਜਿਹੜੀ ਹੈ ਕਣਕ ਦੇ ਵਿੱਚ ਲੁਕੋ ਕੇ ਰੱਖੀ ਹੋਈ ਸੀ, ਦੱਬੀ ਹੋਈ ਨਹੀਂ ਸੀ। ਕੋਈ ਗ੍ਰਿਫਤਾਰੀ? ਗ੍ਰਿਫਤਾਰੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਅੱਗੇ ਗ੍ਰਿਫਤਾਰੀ ਹੋਣ ਦੀ ਸੰਭਾਵਨਾ ਹੈ। ਕੋਈ ਇਹ ਪਤਾ ਲੱਗਾ ਜੀ ਕਿੱਥੇ ਜਾਣੀ ਸੀ ਜਾਂ ਕੋਈ? ਉਹ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ, ਇਹ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ। ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੁਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪੰਜਾਬ ਦਾ ਨੰਬਰ 1 ਦੁਬਈ ਗਲੋਬਲ ਅਚੀਵਰ ਅਵਾਰਡ ਪ੍ਰਾਪਤ 1991 ਵਿੱਚ ਸਥਾਪਿਤ ਹੋਈ ਪਟਿਆਲਾ ਦੀ ਸਵੈ ਰੁਜ਼ਗਾਰ ਪ੍ਰਦਾਨ ਕਰਾਉਣ ਵਾਲੀ ਪਹਿਲੀ ਅਤੇ ਪੁਰਾਣੀ ਸੰਸਥਾ ITMP ਦੇਸ਼ ਭਗਤ ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ ਮਾਡਰਨ ਟੈਕਨੀਕਾਂ ਰਾਹੀਂ ਬਣੀ 5 ਮੰਜ਼ਿਲਾ ਇਹ ਸੰਸਥਾ 10ਵੀਂ ਅਤੇ ਪਲੱਸ 2 ਤੋਂ ਬਾਅਦ ਗੌਰਮੈਂਟ ਅਤੇ ISO ਸਰਟੀਫਾਈਡ ਡਿਪਲੋਮੇ OT DMLT ਐਕਸਰੇ ਆਪਥਲਮਿਕ ਅਸਿਸਟੈਂਟ ECG ਫਿਜ਼ੀਓਥੈਰੇਪੀ ਹੁਣ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਵੀ ਕਰ ਸਕਦੇ ਹੋ। ਵਿਦਿਆਰਥੀ ਨੂੰ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਲਾਈਵ ਪ੍ਰੋਜੈਕਟਰ ਸਲਾਈਡ ਪ੍ਰੋਜੈਕਟਰ ਓਵਰਹੈਡ ਪ੍ਰੋਜੈਕਟਰ DMLT ਕੋਰਸਾਂ ਲਈ ਮੈਨੂਅਲ ਅਤੇ ਕੰਪਿਊਟਰਾਈਜ਼ਡ ਲੈਬ ਆਪਰੇਸ਼ਨ ਥੀਏਟਰ ਐਕਸਰੇ ਪਲਾਂਟ ECG ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਹੋਸਟਲ ਅਤੇ ਖਾਣੇ ਦਾ ਖਾਸ ਪ੍ਰਬੰਧ। ਤੁਸੀਂ ਵੀ ਆਪਣੇ ਬੱਚਿਆਂ ਦਾ ਫਿਊਚਰ ਸੰਭਾਲਣਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ ਇੱਕ ਵਾਰ ਆ ਕੇ ਜ਼ਰੂਰ ਵੇਖੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ ਨੇੜੇ ਸ਼ਿਵ ਮੰਦਿਰ ਪਟਿਆਲਾ, 0175-1811-93-560-5507, 90-567-9002, www.gurunanakinstitute.com।